ਵਾਹਿਗੁਰੂ ਜੀ ਜੀ ਬਨਵਾਸ ਤੁਹਾਡੀ ਮੈਂ ਲੱਭਿਆ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੁਖਾ ਤਾਂ ਬਿਆਪੈ ਜਾਂ ਕੋ ਕੋਟ ਤੁਹਾਰੀ ਰਾਮ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੁਖਾ ਤਾਂ ਬਿਆਪੈ ਜਾਂ ਕੋ ਕੋਟ ਤੁਹਾਰੀ ਰਾਮ ਫਿਰ ਸਿਮਰਨ ਜੋ ਜੀਵਨ ਬਲਣਾ ਸਰਬ ਜਸ ਜਾਵੇ ਨਵ ਖੰਡਨ ਕੋ ਰਾਜ ਘੁਮਾਵੇ ਅੰਤ ਚੱਲੇ ਗੁਹਾਰੀ ਗੁਣ ਨਿਧਾਨ ਗੁਣ ਤਿਨ ਕੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਕੁਸ ਜਨਮਾ ਨਾਨਕ ਜਿਸ ਬਲਿਹਾਰੀ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਜਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਿਤ ਸਤਿ ਸ੍ਰੀ ਅਕਾਲ ਜੀ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਵਚਨ ਜੋ ਆਪ ਜੀ ਨੇ ਹੁਕਮਨਾਮੇ ਦੇ ਸਰੂਪ ਵਿੱਚ ਸ਼ਰਵਣ ਕੀਤਾ ਹੈ ਸਾਹਿਬ ਜੀ ਨੂੰ ਅੱਜ ਪਾਤਸ਼ਾਹ ਜੀ ਵਚਨ ਕਰਦੇ ਨੇ ਹਰ ਬਿਸਰਤ ਸਦਾ ਕੁਵਾਰੀ ਤਾਂ ਕੋ ਧੋਖਾ ਤਾਂ ਵਿਆਪੈ ਜਾਂ ਕੋ ਓਟ ਕੁਵਾਰੀ। ਮਾਲਕ ਜੀ ਜਿਹੜਾ ਤੇਰੀ ਓਟ ਲੈ ਕੇ ਚੱਲਦਾ ਜੀਵਨ ਦੇ ਅੰਦਰ ਜਿਹੜਾ ਤੇਰੇ ਆਸਰੇ ਦੇ ਉੱਤੇ ਆਪਣਾ ਜੀਵਨ ਬਤੀਤ ਕਰਦਾ ਹੈ ਉਸਨੂੰ ਕਿਸੇ ਪ੍ਰਕਾਰ ਦੇ ਨਾਲ ਕੋਈ ਧੋਖਾ ਨਹੀਂ ਮਿਲਦਾ ਉਹ ਧੋਖਿਆਂ ਤੋਂ ਬਚ ਜਾਂਦਾ ਹੈ। ਇਸ ਕਰਕੇ ਗੁਰੂ ਪ੍ਰਵਾਜ ਪਾਤਸ਼ਾਹ ਜੀ ਪ੍ਰਮਾਨ ਕਰਦੇ ਨੇ ਕਿ ਜਿਹੜੀ ਓਟ ਤੋਂ ਬਗੈਰ ਜਿਹੜਾ ਜੀਵਨ ਬਤੀਤ ਕਰਦਾ ਉਹ ਜੀਵਨ ਕੀ ਹੈ ਅਤੇ ਉਹਦੇ ਬਾਰੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਬ ਜੈਸੇ ਅਣਜਾਣ ਕਹਿੰਦੇ ਨੇ ਉਹਦੀ ਓਟ ਤੋਂ ਬਗੈਰ ਉਹਦੇ ਮਾਲਕ ਦੀ ਓਟ ਦੇ ਆਸਰੇ ਤੋਂ ਬਿਨਾਂ ਜਿਹੜਾ ਜੀਵਨ ਬਤੀਤ ਕਰ ਰਿਹਾ ਐਵੇਂ ਸਮਝ ਲਓ ਉਹ ਜਿਸ ਤਰ੍ਹਾਂ ਦੇ ਨਾਲ ਜੀਵਨ ਬਤੀਤ ਹੋ ਰਿਹਾ ਸਿਮਰਨ ਤੋਂ ਬਗੈਰ ਉਸ ਮਾਲਕ ਦੀ ਓਟ ਤੋਂ ਬਗੈਰ ਉਸ ਮਾਲਕ ਦੀ ਯਾਦ ਤੋਂ ਬਿਨਾਂ ਵਾਲਾ ਜੀਵਨ ਜਿਹੜਾ ਉਹ ਐਵੇਂ ਸਮਝ ਲਓ ਜਿਵੇਂ ਸੱਪ ਦਾ ਜੀਵਨ ਹੋ। ਬਿਨ ਸਿਮਰਨ ਜੋ ਜੀਵਨ ਬਣਨਾ ਸਰਪ ਜੈਸੇ ਅਲ ਜਾਵੇ ਜਿਵੇਂ ਸੱਪ ਆਪਣੀ ਜੂਨ ਭੋਗਦਾ ਹੋਵੇ ਕਿ ਉਸ ਜੂਨ ਭੋਗਣ ਲੱਗਿਆਂ ਉਸ ਸੱਪ ਦੇ ਕੋਲ ਜ਼ਹਿਰ ਹੁੰਦੀ ਹੈ ਅਤੇ ਸਤਿਗੁਰ ਪਾਤਸ਼ਾਹ ਜੀ ਗੁਰਮਾਨ ਕਰਦੇ ਨੇ ਕਹਿੰਦੇ ਨੇ ਇਸੇ ਤਰ੍ਹਾਂ ਦੇ ਨਾਲ ਸਮਝ ਲਓ ਉਸ ਦਾ ਜੀਵਨ। ਇਸ ਕਰਕੇ ਮਾਲਕ ਦੀ ਓਟ ਅਤੇ ਮਾਲਕ ਦੀ ਰਹਿਮਤ ਅਤੇ ਮਾਲਕ ਦੀ ਖੁਸ਼ੀ ਲੈਣ ਵਾਸਤੇ ਸਾਨੂੰ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਾਣੀ ਦਾ ਮਹਾਨ ਸਾਗਰ ਬਖਸ਼ਿਸ਼ ਕੀਤਾ ਇਹਦੇ ਵਿੱਚੋਂ ਅਸੀਂ ਮਾਣਕ ਮੂਰਤੀ ਚੁੱਕ ਕੇ ਆਪਣੇ ਜੀਵਨ ਦੀ ਸਫਲਤਾ ਪ੍ਰਾਪਤ ਕਰ ਸਕੀਏ ਅਤੇ ਗਰੀਬਨ ਬਾਦ ਪਾਤਸ਼ਾਹ ਜੀ ਅਗਲੀਆਂ ਪੰਕਤੀਆਂ ਪ੍ਰਮਾਨ ਕਰਦੇ ਨੇ ਮੈਂ ਕੀ ਵੇਖਦਾ ਹਾਂ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਕਹਿੰਦੇ ਨੇ ਨਵ ਖੰਡਨ ਕੋ ਰਾਜ ਕਮਾਵੈ ਉਹ ਬੰਦਾ ਭਾਵੇਂ ਜਿਤਨਾ ਮਰਜ਼ੀ ਆਪਣੇ ਆਪ ਵਿੱਚ ਜਿਤਨਾ ਮਰਜ਼ੀ ਵੱਡਾ ਬਣਨ ਦੀ ਕੋਸ਼ਿਸ਼ ਕਰੇ ਵੀ ਆਖੇ ਜੀ ਮੇਰੇ ਕੋਲ ਆਹ ਹੈ ਮੇਰੇ ਕੋਲ ਆਹ ਹੈ ਮੇਰੇ ਕੋਲ ਆਹ ਮੈਂ ਆਹ ਰੱਖਿਆ ਹੋਇਆ ਮੇਰੇ ਕੋਲ ਆਹ ਚੀਜ਼ਾਂ ਨੇ ਮੇਰੇ ਕੋਲ ਆਹ ਵਸਤੂਆਂ ਨੇ ਅਤੇ ਸਤਿਗੁਰ ਗਰੀਬ ਨਿਵਾਜ ਪਾਤਸ਼ਾਹ ਜੀ ਪ੍ਰਮਾਨ ਕਰਦੇ ਨੇ ਕਹਿੰਦੇ ਮਿੱਤਰਾ ਜੇ ਤੇਰੇ ਕੋਲ ਸਾਰੇ ਨਵਖੰਡ ਸਾਰੀ ਪ੍ਰਿਥਵੀ ਜਿਤਨੀ ਹੈ ਨਾ ਇਹਨੂੰ ਪੁਰਾਣੀਆਂ ਸਮਿਆਂ ਦੇ ਅੰਦਰ ਇਸ ਸਾਰੀ ਪ੍ਰਿਥਵੀ ਨੂੰ ਜਿਹੜਾ ਇਸਦੇ ਮਿਲਣ ਦਾ ਜਿਹੜਾ ਤਰੀਕਾ ਸੀ ਉਹਦੇ ਨੌ ਖੰਡ ਮੰਨੇ ਗਏ ਸਨ। ਹੁਣ ਤੁਸੀਂ ਜਿਸ ਤਰ੍ਹਾਂ ਓਸ਼ੀਅਨ ਮੰਨਦੇ ਹੋ ਵੀ ਪੁਰਾਣਾ ਓਸ਼ੀਅਨ ਪੁਰਾਣਾ ਓਸ਼ੀਅਨ ਪੁਰਾਣਾ ਓਸ਼ੀਅਨ ਇਸੇ ਤਰ੍ਹਾਂ ਦੇ ਨਾਲ ਪੁਰਾਣੇ ਸਮੇਂ ਦੇ ਅੰਦਰ ਸਾਰੀ ਪ੍ਰਿਥਵੀ ਜਿਹੜੀ ਹੈ ਉਹਨੂੰ ਕਹਿੰਦੇ ਨੌ ਖੰਡ ਪ੍ਰਿਥਵੀ
ਬਿਨਾਂ ਹੁਸੈਨ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਜੇ ਸਾਰੀ ਪ੍ਰਿਥਵੀ ਉੱਤੇ ਰਾਜ ਹੋ ਜਾਵੇ ਬੰਦੇ ਦਾ, ਕਹਿੰਦੇ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੇ ਗੋ ਸਾਰੀ ਹਰ ਕੀ ਜਾਏਗਾ ਜਿੱਤ ਕੇ ਨਹੀਂ ਜਾ ਸਕਦਾ। ਅਤੇ ਗਰੀਬਨਵਾਜ ਪਾਤਸ਼ਾਹ ਜੀ ਫਿਰ ਮੈਂ ਕੀ ਕਰਾਂ ਹੁਣ, ਮੈਨੂੰ ਕੀ ਕਰਨਾ ਚਾਹੀਦਾ? ਕਹਿੰਦੇ ਉਸ ਮਾਲਕ ਦੇ ਗੁਣ ਗਾ, ਉਸ ਮਾਲਕ ਦੇ ਗੁਣ ਗਾ ਕੇ ਆਪਣਾ ਜੀਵਨ ਸਫਲ ਕਰ। ਅਤੇ ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਕਿੰਨੀਆਂ ਪੰਕਤੀ 'ਚ ਆਖਣ ਲੱਗੇ, ਕਹਿਣ ਲੱਗੇ ਗੁਣ ਗਾਨ ਗੁਣ ਤਿੰਨ ਹੀ ਗਾਏ ਜਾਂ ਕੋ ਕਿਰਪਾ ਧਾਰੀ, ਕਿਸੇ ਸੁਖੀ ਹੋਣਾ ਚਾਹੁੰਦਾ ਤੇ ਉਸਦੇ ਗੁਣ ਗਾ, ਜੇ ਸੁਖੀ ਹੋਣਾ ਚਾਹੁੰਦਾ ਤੇ ਉਸਦੇ ਮਾਲਕ ਦੇ ਗੁਣਾਂ ਦਾ ਆਪਣੇ ਜੀਵਨ ਦੇ ਵਿੱਚ ਧਾਰਨ ਕਰ, ਸੋ ਸੁਖੀ ਆ ਧਨ ਉਸ ਜਨਮਾ ਨਾਨਕ ਕਿਸ ਬਲਿਹਾਰੀ। ਉਹ ਜਿਹੜਾ ਮਨੁੱਖ ਹੈ ਉਹਦਾ ਜਨਮ ਵੀ ਸ਼ਬਦ ਹੈ, ਮੈਂ ਉਸਦੇ ਜਨਮ ਨੂੰ ਧਨ ਆਖਦਾ ਹਾਂ, ਉਹਦਾ ਜੀਵਨ ਵੀ ਧਨ ਹੈ, ਉਹਦਾ ਜਨਮ ਵੀ ਧਨ, ਦੋਵੇਂ ਚੀਜ਼ਾਂ। ਸੋ ਸੁਖੀ ਆ ਧਨ ਉਸ ਜਨਮ, ਉਹ ਜੀਵਨ ਸੁਖੀ ਹੈ ਔਰ ਉਹਦਾ ਜਨਮ ਵੀ ਧਨ ਹੈ। ਇਸ ਕਰਕੇ ਕੇਵਲ ਅਤੇ ਕੇਵਲ ਇਹ ਨਹੀਂ ਵੀ ਪੈਰ ਹੀ ਧਨ ਨੇ, ਅਖੇ ਧਨ ਨੇ, ਕੰਨ ਹੀ ਧਨ ਨੇ, ਪੈਰ ਹੀ ਧਨ ਨੇ, ਜ਼ਬਾਨ ਹੀ ਧਨ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਰਾ ਜੀਵਨ ਹੀ ਧਨ ਹੈ। ਸੋ ਸੁਖੀ ਆ ਧਨ ਉਸ ਜਨਮ ਨਾਨਕ ਇਸ ਬਲਿਹਾਰੀ, ਮੈਂ ਉਸ ਤੋਂ ਸਦਕੇ ਵੀ ਜਾਂਦਾ, ਮੈਂ ਉਸ ਤੋਂ ਬਲਿਹਾਰ ਵੀ ਜਾਂਦਾ। ਗੁਰੂ ਕਿਰਪਾਲਤਾ ਕਰੇ ਇਹ ਦਾਤਾਂ ਪ੍ਰਾਪਤ ਕਰਕੇ ਜੀਵਨ ਦੀ ਸਫਲਤਾ ਪ੍ਰਾਪਤ ਕਰ ਲਈਏ। ਪ੍ਰਸ਼ਾਦ ਵਾਲੇ ਸੇਵਾਦਾਰ ਗਰੀਬ ਗਰੀਬ ਪਿੱਛੇ ਅਖੀਰ ਤੱਕ ਪਹੁੰਚ ਚੱਲੇ ਨੇ। ਮੈਂ ਇੱਕ ਬੇਨਤੀ ਆਪ ਜੀ ਨੂੰ ਉਚੇਚੇ ਤੌਰ 'ਤੇ ਕਰਨਾ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਤਾਂ ਆਪ ਜੀ ਆਈਆਂ ਸਾਰੀਆਂ ਸੰਗਤਾਂ ਨੂੰ 2017 ਦਾ ਜਿਹੜਾ ਨਵਾਂ ਸਾਲ ਹੈ ਇਹ ਮੁਬਾਰਕ ਹੋਵੇ, ਔਰ ਮੁਬਾਰਕ ਇਸ ਤਰ੍ਹਾਂ ਹੋਵੇ ਵੀ ਗੁਰੂ ਸਾਨੂੰ ਸਦਾ ਅੰਗ ਸੰਗ ਹੋ ਕੇ ਸਾਡੇ ਹਿਰਦੇ ਵਿੱਚ ਵਸੇ ਅਤੇ ਅਸੀਂ ਆਪਣੇ ਗੁਰੂ ਦੇ ਨਾਲ ਆਪਣਾ ਜੀਵਨ ਬਤੀਤ ਕਰ ਸਕੀਏ, ਗੁਰੂ ਦੇ ਵਚਨਾਂ ਦੇ ਨਾਲ ਆਪਣਾ ਜੀਵਨ ਬਤੀਤ ਕਰ ਸਕੀਏ। ਗੁਰੂ ਦੀ ਰਹਿਮਤ ਦਾ ਮਤਲਬ ਹੋਰ ਕੋਈ ਨਾ ਹੈ ਨਹੀਂ ਵੀ ਸਾਨੂੰ ਰਹਿਮਤ ਦਾ ਮਤਲਬ ਬਾਕੀ ਵਸਤੂਆਂ 'ਤੇ ਸਾਨੂੰ ਖਾਣ ਪੀਣ ਦੀਆਂ ਗੁਰੂ ਦਵੇ ਦਵੇ, ਅਸੀਂ ਮੰਗਣੀਆਂ ਮੰਗਣੀਆਂ ਨੇ, ਸਾਨੂੰ ਚਾਹੀਦੀਆਂ ਚਾਹੀਦੀਆਂ ਨੇ, ਪਰ ਐਸਾ ਹੱਦ ਸੋਚੇ ਮਨੁੱਖ ਵੀ ਅਸੀਂ ਉੱਥੇ ਤੱਕ ਹੀ ਸੀਮਤ ਹੋ ਜਾਏਗੀ। ਖਾਣਾ ਪੀਣਾ ਤਾਂ ਪਸ਼ੂਆਂ ਪੰਛੀਆਂ ਨੂੰ ਮਿਲਦਾ ਪਿਆ, ਉਹ ਕਿਹੜੇ ਫੜਫੜ ਬਣਾਉਂਦੇ ਨੇ, ਉਹਨਾਂ ਨੇ ਕਿਸੇ ਵੇਲੇ ਕਿਤੇ ਕੋਈ ਜਾ ਕੇ ਕੋਈ ਐਸਾ ਕੁਝ ਕੀਤਾ ਵੀ ਕਿਤੇ ਬਦਲ ਲਾਇਆ ਉਹਨਾਂ ਨੇ? ਨਹੀਂ, ਮਾਲਕ ਦੇ ਰਹੇ ਸਭ ਕੁਝ ਦੇ ਰਹੇ, ਪਰ ਕੇਵਲ ਅਤੇ ਕੇਵਲ ਗਰੀਬਨਵਾਜ ਪਾਤਸ਼ਾਹ ਜੀ ਦਾ ਅਸੀਂ ਖੁਸ਼ੀ ਪ੍ਰਾਪਤ ਕਿਦਾਂ ਕਰਨੀ ਹੈ ਵੀ ਅਸੀਂ ਗਰੀਬਨਵਾਜ ਪਾਤਸ਼ਾਹ ਜੀ ਹਮੇਸ਼ਾ ਤੁਹਾਡੀ ਯਾਦ ਨੂੰ ਆਪਣੇ ਨਾਲ ਲੈ ਕੇ ਚੱਲੀਏ। ਇਹ ਸਾਰੀਆਂ ਗੱਲਾਂ ਕਰਨੀਆਂ ਬਹੁਤ ਚੰਗੀਆਂ, ਪਾਠ ਕਰਨੇ, ਪਾਠ ਕਰਵਾਉਣੇ, ਸੇਵਾ ਕਰਨੀ, ਲੰਗਰ ਕਰਨਾ ਅਤੇ ਹੋਰ ਸਭ ਤਰ੍ਹਾਂ ਦੀ ਸੇਵਾ ਕਰਨੀ ਮੁਬਾਰਕ ਹੈ, ਪਰ ਗਰੀਬਨਵਾਜ ਪਾਤਸ਼ਾਹ ਜੀ ਪ੍ਰਮਾਨ ਕਰਦੇ ਨੇ। ਪਰ ਸਿੱਖ ਜਿਹੜਾ ਆਪਣੇ ਜੀਵਨ ਦੇ ਵਿੱਚ ਆਪਣੇ ਮਾਲਕ ਨੂੰ ਆਪਣੇ ਨਾਲ ਮਹਿਸੂਸ ਕਰੇ, ਮੇਰੇ ਨਾਲ ਆਪਣੇ ਆਪ ਨਾਲ ਮਹਿਸੂਸ ਕਰਦਾ ਜ਼ਰੂਰ ਹੋਏਗਾ, ਇਸ ਤਰ੍ਹਾਂ ਦੀ ਮਹਿਸੂਸ ਕਰਦੇ ਹੋਏ ਆਪਣੀ ਜੀਵਨ ਸਫਲਤਾ ਪ੍ਰਾਪਤ ਕਰ ਲਏਗਾ।